ਅੱਜ ਦਾ ਦਿਨ ਜੋ ਕਿ ਇੱਕ ਨਾਰੀ ਸ਼ਕਤੀ ਦਾ ਦਿਨ ਹੈ, ਇਹ ਪੰਜਾਬ ਸਰਕਾਰ ਦੀ ਜਿਹੜੀ ਮਤਲਬ ਕਿ ਵੱਧ ਸਲੂਕੀ ਅਧਿਆਪਕਾਂ ਦੇ ਨਾਲ ਕੀਤੀ ਜਾ ਰਹੀ ਹੈ, ਉਹਨਾਂ ਦੀ ਤਨਖਾਹ ਦੀ ਕਟੌਤੀ ਕੀਤੀ ਜਾ ਰਹੀ ਹੈ, ਉਹਦੇ ਇਵਜ਼ ਦੇ ਵਿੱਚ ਅੱਜ ਤੁਸੀਂ ਇਹ ਦੇਖੋ ਵੀ ਅਧਿਆਪਕਾਵਾਂ ਆਪਣਾ ਜਿਹੜਾ ਇੰਨਾ ਇੰਪੋਰਟੈਂਟ ਤਿਉਹਾਰ ਹੈ ਉਹ ਸੜਕਾਂ 'ਤੇ ਮਨਾਉਣ ਲਈ ਮਜਬੂਰ ਹੋ ਗਈਆਂ ਹਨ। ਇਹ ਪੰਜਾਬ ਸਰਕਾਰ ਦਾ ਇੱਕ ਤਰ੍ਹਾਂ ਦਾ ਇਹ ਕਾਲਾ ਜਿਹੜਾ ਇਤਿਹਾਸ ਹੈ ਉਹ ਰਚ ਰਹੀ ਹੈ ਆਪਦੇ ਆਪ ਦੇ ਵਿੱਚ ਵੀ ਮੁਲਾਜ਼ਮ ਵਰਗ ਅੱਜ ਸੜਕਾਂ 'ਤੇ ਆਪਣਾ ਹਰ ਤਿਉਹਾਰ ਹਰ ਜਿਹੜਾ ਇੰਪੋਰਟੈਂਟ ਦਿਨ ਉਹ ਸੜਕਾਂ 'ਤੇ ਮਨਾ ਰਿਹਾ ਹੈ। ਜਿੱਦਾਂ ਦਾ ਉਹਨਾਂ ਨੇ ਰਵੱਈਆ ਸਰਕਾਰ ਨੇ ਅਧਿਆਪਕਾਵਾਂ ਦੇ ਅਧਿਆਪਕਾਂ ਦੇ ਖਿਲਾਫ਼ ਅਪਣਾਇਆ ਹੋਇਆ ਹੈ, ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਵੀ ਅਸੀਂ ਕਿਸੇ ਵੀ ਤਰੀਕੇ ਦੇ ਵਿੱਚ ਆਪਣੇ ਸੰਘਰਸ਼ ਨੂੰ ਮੋੜਾ ਨਹੀਂ ਪਾਵਾਂਗੇ। ਜਿਸ ਤਰ੍ਹਾਂ ਅੱਜ ਅਸੀਂ ਸੜਕਾਂ 'ਤੇ ਬੈਠੇ ਹਾਂ, ਦੁਸਹਿਰਾ ਵੀ ਸੜਕਾਂ 'ਤੇ ਮਨਾਇਆ ਗਿਆ ਹੈ, ਅੱਜ ਅਧਿਆਪਕਾਵਾਂ ਜਿਨ੍ਹਾਂ ਨੇ ਆਪਣਾ ਇੰਪੋਰਟੈਂਟ ਤਿਉਹਾਰ ਮਤਲਬ ਘਰਾਂ 'ਚ ਮਨਾਉਣਾ ਸੀ ਅੱਜ ਉਹ ਵੀ ਸੜਕਾਂ 'ਤੇ ਹੈ, ਅਤੇ ਆਉਣ ਵਾਲੀ ਦੀਵਾਲੀ ਵੀ ਅਸੀਂ ਸੜਕਾਂ 'ਤੇ ਹੀ ਮਨਾਵਾਂਗੇ। ਔਰ ਇਹਦੇ ਲਈ ਸਿਰਫ ਅਤੇ ਸਿਰਫ ਇਹ ਸਰਕਾਰ ਜ਼ਿੰਮੇਵਾਰ ਹੈ ਜਿਹਨੇ ਸਾਡੇ ਪਰਿਵਾਰਾਂ ਨੂੰ ਸਾਡੇ ਬੱਚਿਆਂ ਨੂੰ ਸੜਕਾਂ 'ਤੇ ਰੋਲ ਕੇ ਰੱਖ ਦਿੱਤਾ ਹੈ। ਸਰਕਾਰ ਨੂੰ ਇਹ ਬਿਲਕੁਲ ਉਹਦੇ ਦਿਮਾਗ ਦੇ ਵਿੱਚ ਬੈਠ ਜਾਣਾ ਚਾਹੀਦਾ ਵੀ ਜੋ ਸੰਘਰਸ਼ ਆ ਜੇ ਬਿਲਕੁਲ ਤਿੱਖੇ ਰੂਪ ਦੇ ਵਿੱਚ ਹੈ, ਅੱਗੇ ਵੀ ਇਹ ਹੋਰ ਤਿੱਖਾ ਹੋਵੇਗਾ, ਉਹਦੇ ਕਿਸੇ ਵੀ ਡਰਾਵੇ ਜਾਂ ਧਮਕਾਵੇ ਦੇ ਵਿੱਚ ਇਹ ਬੈਠਣ ਵਾਲਾ ਨਹੀਂ ਹੈ, ਕਿਉਂਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਜਦ ਅਧਿਆਪਕਾਵਾਂ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਸੜਕਾਂ 'ਤੇ ਆ ਜਾਣ ਤਾਂ ਫਿਰ ਪਿੱਛੇ ਕੁਛ ਨਹੀਂ ਬਚਦਾ ਹੈ। ਜੋ ਘਰ ਵਿੱਚ ਅਧਿਆਪਕਾਵਾਂ ਬੈਠੀਆਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਆਪਣੇ ਪਰਿਵਾਰਾਂ ਅਤੇ ਬੱਚਿਆਂ ਦੇ ਨਾਲ ਆ ਕੇ ਇਸ ਸਾਂਝਾ ਅਧਿਆਪਕ ਮੋਰਚਾ ਦੇ ਵਿੱਚ ਜਿਹੜਾ ਆਪਾਂ ਪਟਿਆਲਾ ਦੇ ਵਿੱਚ ਪੱਕਾ ਮੋਰਚਾ ਲਾਇਆ ਹੈ, ਇਹ ਮੋਰਚਾ ਉਦੋਂ ਹੀ ਆਪਾਂ ਉਠਾਉਣਾ ਹੈ ਜਦੋਂ ਆਪਾਂ ਨੂੰ ਪੂਰੇ ਲਾਭਾਂ ਆਪਣੀਆਂ ਤਨਖਾਹਾਂ ਦੇ ਸਮੇਤ ਅਸੀਂ ਜਿੱਤ ਪ੍ਰਾਪਤ ਕਰਕੇ ਰੈਗੂਲਰ ਹੋ ਕੇ ਆਪਣੇ ਘਰਾਂ ਵਿੱਚ ਜਾਵਾਂਗੇ। ਸਰਕਾਰ ਨੂੰ ਬਿਲਕੁਲ ਆਪਣੇ ਕੰਨ ਖੋਲ੍ਹ ਕੇ ਰੱਖਣੇ ਚਾਹੀਦੇ ਹਨ ਵੀ ਅਸੀਂ ਕਿਸੇ ਵੀ ਡਰਾਵੇ ਜਾਂ ਧਮਕਾਵੇ ਦੇ ਵਿੱਚ ਘਰਾਂ 'ਚ ਨਹੀਂ ਬੈਠਣ ਵਾਲੇ ਅਤੇ ਨਾ ਹੀ ਅਸੀਂ ਇੱਥੋਂ ਉੱਠਣ ਵਾਲੇ ਹਾਂ। ਅਤੇ ਜੋ ਅਧਿਆਪਕਾਵਾਂ ਅੱਜ ਆਪਣੇ ਘਰਾਂ ਵਿੱਚ ਹਨ, ਹੋ ਸਕਦਾ ਕਿ ਅੱਜ ਕਈਆਂ ਨੂੰ ਹੁੰਦਾ ਹੈ ਵੀ ਅੱਜ ਤਿਉਹਾਰ ਹੈ ਅਸੀਂ ਘਰਾਂ 'ਚ ਰਹਿਣਾ ਹੈ, ਪਰ ਇਸ ਤੋਂ ਇੰਪੋਰਟੈਂਟ ਆਪਣੇ ਲਈ ਕੋਈ ਚੀਜ਼ ਨਹੀਂ ਹੈ ਜਦੋਂ ਆਪਣੇ ਬੱਚੇ ਆਪਣਾ ਪਰਿਵਾਰ ਸੜਕਾਂ 'ਤੇ ਆ ਗਿਆ ਹੈ। ਆਪਣੇ ਹੱਕਾਂ ਮੰਗਾਂ ਦੀ ਰਾਖੀ ਦੀ ਖਾਤਰ ਆਪਾਂ ਇੱਥੇ ਡਟਣਾ ਹੈ ਪਰਮਾਤਮਾ ਦੇ ਸਾਹਮਣੇ, ਉਹ ਆਪਣੇ ਨਾਲ ਹੈ, ਹਮੇਸ਼ਾ ਨਾਲ ਖੜਾ ਹੈ। ਔਰ ਜਿੰਨੀ ਦੇਰ ਤੱਕ, ਕਿਉਂਕਿ ਗੁਰੂ ਤੇਗ ਬਹਾਦਰ ਜੀ ਦੇ ਦਰ ਦੇ ਉੱਤੇ ਬੈਠੇ ਹਾਂ, ਆਪਾਂ ਨੂੰ ਕਦੀ ਵੀ ਇੱਥੋਂ ਢੋਈ ਆਪਾਂ ਨੂੰ ਹਮੇਸ਼ਾ ਇੱਥੋਂ ਜਿੱਤ ਹੀ ਪ੍ਰਾਪਤ ਹੋਵੇਗੀ। ਔਰ ਆਪਣੇ ਪਰਿਵਾਰਾਂ ਅਤੇ ਬੱਚਿਆਂ ਦੇ ਸਮੇਤ ਅਧਿਆਪਕਾਂ ਵਾਂ ਇੱਥੇ ਆਉਣ।